Hello dear students, welcome back to your own YouTube channel Dr. B. Jeet, where we learn something new every day. ਅੱਜ ਆਪਾਂ ਬਹੁਤ 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 ਲੌਂਗ ਗੈਪ ਤੋਂ ਬਾਅਦ ਮਿਲੇ ਹਾਂ ਅਤੇ ਅੱਜ ਦੇਖੀਏ ਆਪਾਂ ਕੀ ਕਰਨ ਜਾ ਰਹੇ ਹਾਂ ਅਤੇ ਬੱਚੇ ਅੱਜ ਅਸੀਂ ਕਰਨੀ ਹੈ ਇੱਕ ਬਹੁਤ ਹੀ ਖੂਬਸੂਰਤ ਪੋਇਮ entitled I Know Why the Caged Bird Sings and it is written by Maya Angelou. ਹੁਣ ਤੁਹਾਨੂੰ ਪਤਾ ਹੋਏਗਾ ਕਿ Maya Angelou ਕੌਣ ਹੈ ਜੇ ਨਹੀਂ ਪਤਾ ਤਾਂ ਚਲੋ ਆਪਾਂ ਦੱਸਦੇ ਹਾਂ ਸ਼ੀ ਇਜ਼ ਐਨ ਐਫਰੋ ਅਮੈਰੀਕਨ ਪੋਇਟ ਐਫਰੋ ਅਮੈਰੀਕਨ ਇਹ ਹੋ ਗਿਆ ਕਿ ਉਹ ਐਫਰੀਕਨ ਬੋਰਨ ਹੈ ਔਰ ਉਸ ਤੋਂ ਬਾਅਦ ਵਿੱਚ ਉਹ ਅਮੈਰੀਕਾ ਜਾ ਕੇ ਸੈਟਲ ਹੋ ਗਈ ਇਸ ਕਰਕੇ ਉਹਨੂੰ ਐਫਰੋ ਅਮੈਰੀਕਨ ਕਹਿੰਦੇ ਆ ਹੁਣ ਇਸ ਪੋਇਮ ਦਾ ਆਪਾਂ ਟਾਈਟਲ ਧਿਆਨ ਨਾਲ ਦੇਖੀਏ ਤਾਂ ਉਹ ਮਾਇਆ ਐਂਜਲੂ ਕਹਿੰਦੀ ਹੈ ਕਿ ਮੈਂ ਜਾਣਦੀ ਹਾਂ ਕਿ ਜਿਹੜਾ ਪਿੰਜਰੇ 'ਚ ਬੈਠਾ ਹੋਇਆ ਬਰਡ ਹੈ ਉਹ ਕਿਉਂ ਗਾਉਂਦਾ ਲੈਟਸ ਸੀ ਕਿ ਇਸ ਪੋਇਮ ਦੇ ਪਿੱਛੇ ਹਿਸਟਰੀ ਕੀ ਹੈ ਬਿਕੋਜ਼ ਜਦੋਂ ਤੱਕ ਆਪਾਂ ਹਿਸਟਰੀ ਨਹੀਂ ਜਾਣਦੇ ਕਿਸੇ ਵੀ ਚੀਜ਼ ਦੀ ਉਦੋਂ ਤੱਕ ਆਪਾਂ ਨੂੰ ਉਹਦੇ ਬਾਰੇ ਡੀਟੇਲਡ ਕੁਛ ਪਤਾ ਨਹੀਂ ਲੱਗ ਸਕਦਾ ਅਮੈਰੀਕਨ ਸਲੇਵਰੀ ਇਹ ਪੋਇਮ ਨਾ ਮੈਟਾਫੋਰੀਕਲ ਹੈ ਆਪਾਂ ਅੱਗੇ ਪੋਇਟਿਕ ਡਿਵਾਈਸਿਸ ਵਿੱਚ ਡਿਸਕਸ ਕਰਾਂਗੇ ਕਿ ਇਹ ਕੀ ਹੁੰਦਾ ਹੈ ਮੈਟਾਫੋਰ ਕੀ ਹੁੰਦਾ ਹੈ ਪਰਸੋਨੀਫਿਕੇਸ਼ਨ ਕੀ ਹੁੰਦੀ ਹੈ ਸਿੰਬਲ ਔਰ ਸਿੰਬਲਿਜ਼ਮ ਕੀ ਹੈ ਹੁਣ ਇੱਥੇ ਆਪਾਂ ਪਹਿਲਾਂ ਇਹ ਦੇਖਦੇ ਹਾਂ ਕਿ ਅਮੈਰੀਕਨ ਸਲੇਵਰੀ ਕੀ ਹੈ ਅਤੇ ਬੱਚੇ ਇੱਕ ਟਾਈਮ ਸੀ ਜਦੋਂ ਅਮੈਰੀਕਨਸ ਨੇ ਅਫਰੀਕਾ ਤੋਂ ਲੋਕ ਹਾਇਰ ਕੀਤੇ ਅਫਰੀਕਾ ਦੇ ਵਿੱਚ ਕਿਉਂਕਿ ਬਹੁਤ 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 ਜ਼ਿਆਦਾ ਗਰੀਬੀ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਉੱਥੋਂ ਲੋਕਾਂ ਨੂੰ ਬੁਲਾਇਆ ਔਰ ਬੜੀ ਚੀਪ ਰੇਟ ਦੇ ਉੱਤੇ ਉਹਨਾਂ ਨੂੰ ਲੇਬਰ ਮਿਲ ਜਾਂਦੀ ਸੀ ਬਟ ਉਹਨਾਂ ਨੂੰ ਸਲੇਵਸ ਦੀ ਤਰ੍ਹਾਂ ਰੱਖਣਾ ਸ਼ੁਰੂ ਕਰਤਾ ਐਜ਼ ਯੂ ਕੈਨ ਸੀ ਇਨ ਦਿਸ ਪਿਕਚਰ ਇਨ ਦਾ ਫਸਟ ਪਿਕਚਰ ਸਾਰੇ ਲੋਕਾਂ ਨੂੰ ਕਿਵੇਂ ਇਕੱਠੇ ਬੰਨਿਆ ਹੋਇਆ ਉਹਨਾਂ ਨੂੰ ਐਂ ਰੱਖਦੇ ਹੁੰਦੇ ਸੀਗੇ ਦੂਸਰੇ ਨੰਬਰ 'ਤੇ ਤੁਸੀਂ ਚੇਨਸ ਦੇਖ ਸਕਦੇ ਹੋ ਕਿ ਉਹਦੇ ਹੱਥ ਚੇਨ ਨਾਲ ਬੰਨੇ ਹੋਏ ਨੇ ਔਰ ਉਹ ਸੰਗਲੀਆਂ ਨੇ ਚੇਨ ਵੀ ਨਹੀਂ ਹੈ ਮਤਲਬ ਬਹੁਤ ਮੋਟੇ ਮੋਟੇ ਸੰਗਲ ਜਿਹੇ ਨੇ ਅਤੇ ਤੀਸਰੀ ਪਿਕਚਰ ਦੇ ਵਿੱਚ ਜੋ ਇਸ ਅਫਰੀਕਨ ਦੇ ਬੈਕ ਦੇ ਉੱਤੇ ਮਾਰਕਸ ਦਿਖ ਰਹੇ ਨੇ ਇਹ ਹੰਟਰ ਦੇ ਹੈ ਕਿਉਂਕਿ ਉੱਥੇ ਜਦੋਂ ਉਸ ਟਾਈਮ ਦੇ ਉੱਤੇ ਲੋਕ ਕੋਈ ਗਲਤੀ ਕਰ ਦਿੰਦੇ ਸੀ ਅਤੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਸੀ ਰੇਸਿਜ਼ਮ ਹੁੰਦਾ ਜਦੋਂ ਕਿਸੇ ਦੀ ਰੇਸ ਨੂੰ ਲੈ ਕੇ ਕਲਰ ਨੂੰ ਲੈ ਕੇ ਕਾਸਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਕੀਤਾ ਜਾਵੇ ਹੁਣ ਇੱਥੇ ਰੇਸ ਮਤਲਬ ਕਿ ਇੱਕ ਅਮੈਰੀਕਨਸ ਨੇ ਔਰ ਇੱਕ ਵਾਈਟਸ ਨੇ ਇਹ ਦੋ ਰੇਸਿਸ ਹੋ ਗਈਆਂ ਹੁਣ ਇਹਨਾਂ ਦੋਨਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਇੰਨਾ ਜ਼ਿਆਦਾ ਕੀਤਾ ਜਾਂਦਾ ਸੀ ਕਿ ਅਮੈਰੀਕਾ ਦੇ ਵਿੱਚ ਜਿਹੜੇ ਵਾਈਟ ਪੀਪਲ ਸੀ ਹੁਣ ਵਾਈਟ ਪੀਪਲ ਹੋ ਗਏ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਹੀ ਵੈਲ ਐਜੂਕੇਟਡ ਲਰਨਡ ਐਂਡ ਕੁਆਲੀਫਾਈਡ ਉਹ ਆਪਣੇ ਆਪ ਨੂੰ ਸੁਪੀਰੀਅਰ ਮੰਨਦੇ ਸੀ ਅਤੇ ਅਫਰੀਕਨਸ ਨੂੰ ਉਹ ਜਾਂ ਬਲੈਕਸ ਨੂੰ ਹਮੇਸ਼ਾ ਆਪਣੇ ਤੋਂ ਨੀਵਾਂ ਤੋ ਪਿਕਚਰ ਦੇ ਵਿੱਚ ਅਗੈਨ ਬਹੁਤ ਕਲੀਅਰਲੀ ਮੈਂਸ਼ਨਡ ਹੈ ਕਿ ਉਹਨਾਂ ਦੇ ਵੇਟਿੰਗ ਰੂਮਸ ਅਲੱਗ ਸੀ ਸਟੇਸ਼ਨਸ ਦੇ ਉੱਤੇ ਜਦੋਂ ਪਾਣੀ ਪੀਣਾ ਅਗਰ ਕਿਸੇ ਨੇ ਤਾਂ ਡਰਿੰਕਿੰਗ ਫਾਊਂਟਨ ਜੋ ਨੇ ਉਹ ਵੀ ਅਲੱਗ ਹੁੰਦੇ ਸੀ ਈਵਨ ਬੱਚੇ ਜਿੱਥੇ ਕਿਸੇ ਬਲੈਕ ਦਾ ਜਿਸ ਕਿਸੇ ਕਾਲੋਨੀ ਦੇ ਵਿੱਚ ਅਗਰ ਉਹ ਘਰ ਬਣਾ ਲੈਂਦਾ ਸੀ ਜਾਂ ਘਰ ਰੈਂਟ 'ਤੇ ਲੈ ਲੈਂਦਾ ਸੀ ਉਸ ਪੂਰੀ ਕਾਲੋਨੀ ਦਾ ਰੇਟ ਗਿਰ ਜਾਂਦਾ ਸੀ ਇਸ ਹੱਦ ਤੱਕ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੁੰਦਾ ਭੇਦਭਾਵ ਅਤੇ ਆਪਾਂ ਹੁਣ ਦੇਖਦੇ ਹਾਂ ਕਿ ਪੋਇਟਿਕ ਡਿਵਾਈਸਿਸ ਕਿਹੜੀਆਂ ਕਿਹੜੀਆਂ ਨੇ ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਪੋਇਮ ਦੇ ਵਿੱਚ ਪੋਇਟਿਕ ਡਿਵਾਈਸਿਸ ਨੂੰ ਯੂਜ਼ ਹੀ ਕਿਉਂ ਕਰਨਾ ਪੈਂਦਾ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜਦੋਂ ਪੋਇਟ ਜਾਂ ਇੱਕ ਰਾਈਟਰ ਆਪਣਾ ਫੀਲਿੰਗਸ ਆਪਣੀਆਂ ਆਪਣੇ ਥੋਟਸ ਐਕਸਪ੍ਰੈਸ ਕਰਨਾ ਚਾਹ ਰਿਹਾ ਜਾਂ ਚਾਹ ਰਹੀ ਹੈ ਉਸ ਟਾਈਮ 'ਤੇ ਉਹ ਇੱਕ ਆਪਣੀ ਲੈਂਗੁਏਜ ਨੂੰ ਔਰਨਾਮੈਂਟ ਕਰਦੇ ਹੈ ਮਤਲਬ ਆਪਾਂ ਇੱਕ ਤਾਂ ਹੋ ਗਿਆ ਕਿ ਕੋਈ ਵੀ ਚੀਜ਼ ਹੈ ਆਪਾਂ ਕਿਤੇ ਪਾਰਟੀ 'ਤੇ ਜਾਣਾ ਹੈ ਅਤੇ ਆਪਾਂ ਕੈਜੂਅਲਸ ਦੇ ਵਿੱਚ ਜਾਈਏ ਬਟ ਇੱਕ ਹੁੰਦਾ ਹੈ ਕਿ ਆਪਾਂ ਨੂੰ ਪਤਾ ਹੈ ਕਿ ਓਕੇਜ਼ਨ ਕੀ ਹੈ ਔਰ ਉਹਦੇ ਅਕੋਰਡਿੰਗ ਅਸੀਂ ਪ੍ਰੋਪਰ ਤਿਆਰ ਹੋ ਕੇ ਜਾਈਏ ਅਤੇ ਪੋਇਟਿਕ ਡਿਵਾਈਸਿਸ ਦੇ ਵਿੱਚ ਕੀ ਹੈ ਜਦੋਂ ਵੀ ਪੋਇਟ ਆਪਣਾ ਮੈਸੇਜ ਬਹੁਤ ਹੀ ਬਿਊਟੀਫੁਲੀ ਡਿਫਰੈਂਟ ਵਰਡਸ ਦੇ ਵਿੱਚ ਕਨਵੇ ਕਰਨਾ ਚਾਹੁੰਦਾ ਆ ਉਦੋਂ ਉਹ ਪੋਇਟਿਕ ਡਿਵਾਈਸਿਸ ਨੂੰ ਯੂਜ਼ ਕਰਦਾ ਹੁਣ ਇਸ ਪੋਇਟ ਨੇ ਕਿਹੜੀਆਂ ਯੂਜ਼ ਕੀਤੀਆਂ ਸਭ ਤੋਂ ਪਹਿਲੀ ਹੈ ਸਿੰਬਲਿਜ਼ਮ ਦੇਖੋ ਸਿੰਬਲਿਜ਼ਮ ਪਿਕਚਰ ਤੁਹਾਨੂੰ ਕਲੀਅਰਲੀ ਦਿਖ ਰਹੀ ਹੈ ਕਿ ਜਿਹੜਾ ਦੋ ਬਰਡਸ ਨੇ ਆਪਾਂ ਬੱਚੇ ਪੋਇਮ ਦੇ ਵਿੱਚ ਨੈਕਸਟ ਕਰਾਂਗੇ ਜਦੋਂ ਪੋਇਮ ਦੇ ਵਿੱਚ ਦੋ ਬਰਡਸ ਨੇ ਇੱਕ ਰਿਪ੍ਰੈਜੈਂਟ ਕਰੇਗਾ ਵਾਈਟ ਪੀਪਲ ਨੂੰ ਇੱਕ ਕਰੇਗਾ ਬਲੈਕ ਪੀਪਲ ਨੂੰ
ਠੀਕ ਹੈ ਹੁਣ ਉਹ ਪੋਇਮ ਜਦੋਂ ਆਪਾਂ ਕਰਾਂਗੇ ਉਦੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਈਟ ਪੀਪਲ ਕਿਹੜੇ ਆ ਅਤੇ ਬਲੈਕ ਪੀਪਲ ਕਿਹੜੇ ਆ ਵੈਸੇ ਤਾਂ ਜਿਹੜੇ ਸਮਾਰਟ ਬੱਚੇ ਹੋਣਗੇ ਉਹਨਾਂ ਨੂੰ ਫੋਟੋ ਦੇਖ ਕੇ ਹੀ ਪਤਾ ਲੱਗ ਗਿਆ ਹੋਏਗਾ ਕਿ ਅੱਗੇ ਪੋਇਮ ਦੇ ਵਿੱਚ ਕੀ ਹੋਣ ਵਾਲਾ ਆ ਸੋ ਸਿੰਬਲਿਜ਼ਮ ਕੀ ਹੈ ਇੱਕ ਇਹੋ ਜਿਹੀ ਲਿਟਰੇਰੀ ਡਿਵਾਈਸ ਹੈ ਜਿਹੜੀ ਕਿ ਕੋਈ ਵੀ ਕਿਸੇ ਵਰਡਸ ਦੇ ਥਰੂ ਲੋਕਾਂ ਦੇ ਥਰੂ ਕੋਈ ਨਿਸ਼ਾਨ ਜਾਂ ਕੋਈ ਜਗ੍ਹਾ ਜਾਂ ਫਿਰ ਕੋਈ ਐਬਸਟ੍ਰੈਕਟ ਆਈਡੀਆ ਇਹਨਾਂ ਨੂੰ ਲੈ ਕੇ ਜਦੋਂ ਲਿਟਰਲ ਮੀਨਿੰਗ ਤੋਂ ਪਰੇ ਜੋ ਮੀਨਿੰਗ ਲਿਟਰਲ ਹੈ ਉਸ ਮੀਨਿੰਗ ਤੋਂ ਪਰੇ ਜਦੋਂ ਪੋਇਟ ਨੇ ਕੁਛ ਦੱਸਣਾ ਹੋਵੇ ਉਦੋਂ ਉਹ ਜਿਹੜਾ ਵਰਡ ਪੀਪਲ ਮਾਰਕਸ ਲੋਕੇਸ਼ਨ ਐਬਸਟ੍ਰੈਕਟ ਆਈਡੀਆ ਯੂਜ਼ ਕਰਦਾ ਦੈਟ ਇਜ਼ ਸਿੰਬਲਿਜ਼ਮ ਨੈਕਸਟ ਡਿਵਾਈਸ ਬੇਟਾ ਆਪਾਂ ਯੂਜ਼ ਕਰਨੀ ਹੈ ਮੈਟਾਫਰ ਆਪਾਂ ਕਹਿ ਸਕਦੇ ਹਾਂ ਆਪਾਂ ਯੂਜ਼ ਕਰਨੀ ਹੈ ਕਿਉਂਕਿ ਦੇਖੋ ਪੋਇਮ ਤਾਂ ਲਿਖੀ ਜਾ ਚੁੱਕੀ ਹੈ ਆਪਾਂ ਉਹਨੂੰ ਇੰਟਰਪ੍ਰੈਟ ਕਰ ਰਹੇ ਹਾਂ ਅਤੇ ਮੈਟਾਫਰ ਕੀ ਹੈ ਇਹ ਉਹ ਫਿਗਰ ਆਫ ਸਪੀਚ ਹੈ ਜਿਹੜੀ ਕਿ ਡਾਇਰੈਕਟਲੀ ਦੋ ਅਲੱਗ ਅਲੱਗ ਚੀਜ਼ਾਂ ਨੂੰ ਕੰਪੇਅਰ ਕਰਦੀ ਹੈ ਹੁਣ ਜਿਵੇਂ ਇੱਥੇ ਇਗਜ਼ੈਂਪਲਸ ਨੇ ਤੁਸੀਂ ਧਿਆਨ ਨਾਲ ਦੇਖੋ ਇਹ ਫਸਟ ਇਗਜ਼ੈਂਪਲ ਹੈ ਫਰੈਂਕਲਿਨ ਹੈਜ਼ ਅ ਹਾਰਟ ਆਫ ਗੋਲਡ ਹੁਣ ਹਾਰਟ ਆਫ ਗੋਲਡ ਆਪਾਂ ਕਹਿੰਦੇ ਤਾਂ ਹਾਂ ਬਟ ਜੋ ਹਾਰਟ ਹੈ ਇਟ ਇਜ਼ ਨੈਵਰ ਆਫ ਗੋਲਡ ਇਹ ਕਦੇ ਵੀ ਸੋਨੇ ਦਾ ਤਾਂ ਨਹੀਂ ਹੁੰਦਾ ਨਾ ਇਟਸ ਦ ਐਕਸ਼ਨਸ ਆਫ ਅ ਪਰਸਨ ਔਰ ਬਿਹੇਵੀਅਰ ਆਫ ਦ ਪਰਸਨ ਵਿਚ ਮੇਕਸ ਦੀ ਅਦਰ ਪਰਸਨ ਥਿੰਕ ਦੈਟ ਹੀ ਔਰ ਸ਼ੀ ਪੋਜ਼ੈਸਿਸ ਅ ਹਾਰਟ ਆਫ ਗੋਲਡ ਮੇਰੀਜ਼ ਵੋਇਸ ਇਜ਼ ਮਿਊਜ਼ਿਕ ਟੂ ਮਾਈ ਈਅਰਸ ਹੁਣ ਇਹ ਦੇਖੋ ਮਿਊਜ਼ਿਕ ਟੂ ਮਾਈ ਈਅਰਸ ਹੁਣ ਮਿਊਜ਼ਿਕ ਜਿਵੇਂ ਕਿ ਬਹੁਤ ਸੂਦਿੰਗ ਹੁੰਦਾ ਆ ਕੰਨਾਂ ਦੇ ਲਈ ਸੋ ਆਪਾਂ ਸੁਣਦੇ ਹਾਂ ਅਤੇ ਬਹੁਤ ਮਜ਼ਾ ਆਉਂਦਾ ਆ ਉੱਦਾਂ ਹੀ ਉਹ ਕਹਿੰਦਾ ਹੈ ਸੈਂਟੈਂਸ ਦੇ ਵਿੱਚ ਰਾਈਟਰ ਨੇ ਕਿਹਾ ਹੈ ਕਿ ਜੋ ਮੇਰੀ ਹੈ ਕੋਈ ਲੜਕੀ ਹੈ ਉਹਦੀ ਵੋਇਸ ਉਹਨੂੰ ਬਹੁਤ ਵਧੀਆ ਲੱਗਦੀ ਹੈ ਐਗਜ਼ਾਮਪਲ ਤਿੰਨ ਐਗਜ਼ਾਮਪਲਸ ਹੋਰ ਨੇ ਉਹ ਤੁਸੀਂ ਆਰਾਮ ਨਾਲ ਰੀਡ ਕਰ ਲਿਓ ਐਂਡ ਇਹਨਾਂ ਦੀ ਇੰਟਰਪ੍ਰੀਟੇਸ਼ਨ ਤੁਹਾਨੂੰ ਸਮਝ ਆ ਹੀ ਜਾਏਗੀ ਨਾਓ ਪਰਸੋਨੀਫਿਕੇਸ਼ਨ ਦੇ ਲਈ ਤੁਸੀਂ ਆਈ ਦਾ ਆਈਕਨ ਉੱਪਰ ਆ ਰਿਹਾ ਹੈ ਇਹਨੂੰ ਜ਼ਰੂਰ ਕਲਿੱਕ ਕਰ ਲਿਓ ਔਰ ਇਹਦੇ ਵਿੱਚੋਂ ਦੇਖ ਲਿਓ ਪੂਰਾ ਡਿਟੇਲਡ ਬਸ ਛੋਟਾ ਜਿਹਾ ਮੈਂ ਇੱਥੇ ਐਗਜ਼ਾਮਪਲ ਦਿੱਤਾ ਹੋਇਆ ਦ ਸਲਾਈਸਿਸ ਆਫ ਬ੍ਰੈਡ ਜੰਪਡ ਆਊਟ ਆਫ ਦ ਟੋਸਟਰ ਸਡਨਲੀ ਸਕੈਰਿੰਗ ਮੀ ਇਹ ਤੁਸੀਂ ਵੀਡੀਓ ਹੀ ਦੇਖੋ ਤਾਂ ਕਿ ਤੁਹਾਨੂੰ ਹੋਰ ਕਲੀਅਰ ਹੋ ਜਾਵੇ ਕਿ ਪਰਸੋਨੀਫਿਕੇਸ਼ਨ ਕੀ ਹੁੰਦੀ ਆ ਨੈਕਸਟ ਡਿਵਾਈਸ ਯੂਜ਼ ਹੋਈ ਹੈ ਬੱਚੇ ਰੈਪੀਟੇਸ਼ਨ ਇਹਦੇ ਲਈ ਮੈਂ ਨਾ ਕੋਈ ਐਗਜ਼ਾਮਪਲ ਨਹੀਂ ਲਿਖੀ ਕਿਉਂਕਿ ਜਦੋਂ ਆਪਾਂ ਪੋਇਮ ਕਰਾਂਗੇ ਉਸ ਪੋਇਮ ਦੇ ਵਿੱਚ ਦੇਰ ਆਰ ਟੂ ਸਟੈਂਜ਼ਾਜ਼ ਵਿਚ ਸੋਰੀ ਦੇਰ ਇਜ਼ ਵਨ ਸਟੈਂਜ਼ਾ ਵਿਚ ਹੈਜ਼ ਬੀਨ ਰਿਪੀਟਿਡ ਔਰ ਇਹ ਰਿਪੀਟ ਹੁਣ ਕਿਉਂ ਹੁੰਦਾ ਰੈਪੀਟੇਸ਼ਨ ਹੁੰਦੀ ਕਿਉਂ ਹੈ ਇਹ ਸੇਮ ਵਰਡਸ ਰਿਪੀਟ ਕਰ ਸਕਦਾ ਹੈ ਫਰੇਜ਼ ਹੋ ਸਕਦੇ ਨੇ ਜਾਂ ਪੈਸੇਜ ਹੋ ਸਕਦਾ ਹੈ ਸਟੈਂਜ਼ਾ ਹੋ ਸਕਦਾ ਹੈ ਕਿਸੇ ਵੀ ਸਪੀਚ ਪੀਸ ਆਫ ਰਾਈਟਿੰਗ ਔਰ ਸਪੀਚ ਦੇ ਵਿੱਚ ਹੁਣ ਉਹ ਪੋਇਟ ਕਰਦਾ ਕਿਉਂ ਹੈ ਪੋਇਟ ਅਗਰ ਆਪਾਂ ਗੱਲ ਕਰੀਏ ਤਾਂ ਪੋਇਟ ਨੇ ਇਸ ਲਈ ਕੀਤਾ ਹੈ ਟੂ ਇੰਫੈਸਾਈਜ਼ ਔਨ ਵਨ ਪਰਟੀਕੂਲਰ ਥਿੰਗ ਨੈਕਸਟ ਡਿਵਾਈਸ ਯੂਜ਼ ਹੋਈ ਹੈ ਇਮੇਜਰੀ ਵਿਚ ਕੰਸਿਸਟ ਆਫ ਡਿਸਕ੍ਰਿਪਟਿਵ ਲੈਂਗੁਏਜ ਦੈਟ ਕੈਨ ਫੰਕਸ਼ਨ ਐਜ ਅ ਵੇ ਫੋਰ ਦ ਰੀਡਰ ਟੂ ਬੈਟਰ ਇਮੈਜਿਨ ਦੀ ਵਰਲਡ ਆਫ ਦ ਪੀਸ ਆਫ ਲਿਟਰੇਚਰ ਐਂਡ ਆਲਸੋ ਐਡ ਸਿੰਬਲਿਜ਼ਮ ਟੂ ਦ ਵਰਕ ਬੇਟੇ ਇਮੇਜਰੀ ਬਹੁਤ ਹੀ ਖੂਬਸੂਰਤ ਡਿਵਾਈਸ ਹੈ ਇਹਦੇ ਵਿੱਚ ਦੇਖੋ ਪੋਇਟ ਨੇ ਕੀ ਕਰਨਾ ਹੈ ਇਸ ਤਰ੍ਹਾਂ ਦੀ ਲੈਂਗੁਏਜ ਐਕਸਪ੍ਰੈਸ਼ਨ ਇਸ ਤਰ੍ਹਾਂ ਦੀ ਡਿਸਕ੍ਰਿਪਟਿਵ ਲੈਂਗੁਏਜ ਯੂਜ਼ ਕਰਨੀ ਆ ਜਿਹਦੇ ਥਰੂ ਰੀਡਰ ਇਜ਼ ਏਬਲ ਟੂ ਕ੍ਰੀਏਟ ਅ ਪਿਕਚਰ ਇਨ ਹਿਜ਼ ਓਨ ਮਾਇੰਡ ਇਨ ਹਿਜ਼ ਔਰ ਹਰ ਓਨ ਮਾਇੰਡ ਔਰ ਪਰਟੀਕੁਲਰਲੀ ਇਹ ਫੋਕਸ ਮਤਲਬ ਇਹ ਕਿਸ ਚੀਜ਼ ਦੇ ਉੱਤੇ ਟਾਰਗੇਟ ਕਰਦਾ ਆ ਇਮੇਜਰੀ ਜੋ ਹੁੰਦੀ ਹੈ 5 ਸੈਂਸਿਸ ਨੂੰ ਟੱਚ ਕਰਦਾ ਹੈ ਟੇਸਟ ਟੱਚ ਸਾਈਟ ਸਮੈਲ ਐਂਡ ਸਾਊਂਡ ਉਹਨਾਂ ਸਾਰਿਆਂ ਦੀਆਂ ਐਗਜ਼ਾਮਪਲਸ ਤੁਹਾਡੇ ਸਾਹਮਣੇ ਨੇ ਜਦੋਂ ਆਪਾਂ ਸਾਈਟ ਦੀ ਐਗਜ਼ਾਮਪਲ ਇੱਥੇ ਦਿੱਤੀ ਹੋਈ ਹੈ ਦ ਟਾਈਨੀ ਰੈੱਡ ਐਂਟ ਕਲਾਈਂਬ ਅਪ ਦ ਬ੍ਰੋਕਨ ਟਵਿਗ ਬ੍ਰੋਕਨ ਟਵਿਗ ਇੱਕ ਬਹੁਤ ਛੋਟਾ ਜਿਹਾ ਬਹੁਤ ਹੀ ਛੋਟਾ ਜਿਹਾ ਜਿਵੇਂ ਘਾਹ ਦਾ ਇੱਕ ਘਾਹ ਦੀ ਡੰਡੀ ਉਹ ਟੁੱਟੀ ਹੋਈ ਉਹਦੇ ਉੱਤੇ ਕੀੜੀ ਲਾਲ ਰੰਗ ਦੀ ਕੀੜੀ ਕਿਵੇਂ ਚੜ੍ਹ ਰਹੀ ਹੈ ਜਦੋਂ ਪੋਇਟ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦਾ ਕੋਈ ਸੈਂਟੈਂਸ ਬੋਲੇਗਾ ਆਪਾਂ ਡੈਫੀਨੇਟਲੀ ਵਿਲ ਬੀ ਏਬਲ ਟੂ ਇਮੈਜਿਨ ਵਟ ਦ ਪੋਇਟ ਇਜ਼ ਟ੍ਰਾਇੰਗ ਟੂ ਕਨਵੇ